ਖੁਸ਼ੀਆਂ ਦਾ ਸੱਜਣਾ, ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਅੱਜ ਦਿਨ ਖੁਸ਼ੀਆਂ ਦਾ ਸੱਜਣਾ, ਮੈਂ ਅੱਜ ਦਿਨ ਖੁਸ਼ੀਆਂ ਦਾ ਸੱਜਣਾ।
ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਵੇ ਅੱਜ ਦਿਨ ਖੁਸ਼ੀਆਂ ਦਾ ਸੱਜਣਾ ਸਭਾ ਕੇ ਮੁਖ ਅਤਿਥੀ ਸ਼੍ਰੀ ਗੁਰਪਾਲ ਕਿਰਪਾਲ ਸਿੰਘ ਜੀ ਔਰ ਸਾਥ ਮੇ ਆਏ ਮੇਰੇ ਮਿਲ ਕੇ ਅਧਿਕਾਰੀ ਕਰਮਚਾਰੀ ਸਾਥੀਓ ਔਰ ਪਰਿਵਾਰਜਨ, ਸਭ ਸੇ ਪਹਿਲੇ ਤੋਂ ਮੈਂ ਆਪ ਸਭ ਕਾ ਯਹਾਂ ਪਹੁੰਚਣੇ ਪਰ ਹਾਰਦਿਕ ਅਭਿਨੰਦਨ ਕਰਤਾ ਹੂੰ, ਸਵਾਗਤ ਕਰਤਾ ਹੂੰ। ਔਰ ਆਗੇ ਆਜ ਕਾ ਦਿਨ ਬਹੁਤ ਹੀ ਖੁਸ਼ੀ ਕਾ ਦਿਨ ਹੈ, ਕਿਉਂਕਿ ਆਜ ਹਮਾਰੇ ਸਾਥੀ ਕਿਰਪਾਲ ਸਿੰਘ ਜੀ ਮਿਲ ਮੇ ਸੇ ਲਗਭਗ 34 ਵਰਸੋਂ ਕਾ ਕਾਰਿਆਕਾਲ ਪੂਰਾ ਕਰਕੇ ਖੁਸ਼ੀ ਖੁਸ਼ੀ ਵਾਪਿਸ ਆਪਣੇ ਘਰ ਕੋ ਜਾ ਰਹੇ ਹੈ। ਔਰ ਮੈਂ ਆਪਣੀ ਤਰਫ ਸੇ ਔਰ ਆਪਣੇ ਸਟਾਫ ਮੈਂਬਰੋਂ ਕੀ ਤਰਫ ਸੇ ਯਹ ਸ਼ੁਭ ਕਾਮਨਾਏ ਦੇਤਾ ਹੂੰ ਕਿ ਵੋ ਖੁਸ਼ੀ ਖੁਸ਼ੀ ਆਪਣੇ ਘਰ ਜਾਏ, ਭਗਵਾਨ ਉਨਕੇ ਸਵਾਸਥਯ ਕੋ ਠੀਕ ਰੱਖੇ ਔਰ ਆਗੇ ਚਲਕਰ ਸਮਾਜ ਮੇ ਵੀ ਆਪਣਾ ਯੋਗਦਾਨ ਦੇ ਅੱਛੇ ਕਾਰਿਓ ਮੇ। ਔਰ ਸਭ ਸੇ ਪਹਿਲੇ ਮੈਂ ਆਪਣੇ ਮਿਲ ਕੇ ਸਾਥੀ ਲਵਲੇਸ਼ ਜੀ ਵੇ ਅੰਨੇ ਦੂਸਰੇ ਸਾਥੀ ਨੇ ਉਨਸੇ ਆਗ੍ਰਹਿ ਕਰੂੰਗਾ ਕਿ ਵੋ ਮੰਚ ਪਰ ਆਏ ਔਰ ਹਮਾਰੇ ਮੁਖਯ ਅਤਿਥੀ ਜੀ ਕਾ ਫੂਲ ਮਾਲਾ। ਸੱਥਾਂ ਤੋਂ ਸ਼ੁਰੂ ਹੁੰਦੇ ਨੇ ਪਿੰਡਾਂ ਦੀ ਰੂਹ ਵਿੱਚ ਵਸਦੇ, ਜਿੰਨਾ ਕਦ ਉੱਚਾ ਹੁੰਦਾ ਉਦੋਂ ਵੀ ਉੱਚਾ ਹੱਸਦੇ, ਗੱਲਾਂ ਹੀ ਗੀਤ ਰਕਾਨੇ ਮਹਿਫਿਲ ਸੱਦ ਲੈਨੇ ਆ, ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ, ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ। ਧੁੱਪਾਂ ਦਾ ਤੈਨੂੰ ਵੀ ਮੋਹ ਆਊਗਾ ਤੂੜੀ ਦਿਆਂ ਧੁੱਪਾਂ ਦਾ, ਕਿੰਨਾ ਹੀ ਵੱਡਾ ਮਨ ਦੇ ਕੇਸਾਂ ਵਿੱਚ ਕੰਘੀਆਂ ਨੂੰ, ਸਾਫੇ ਵਿੱਚ ਬੰਨ ਕੇ ਰੱਖੀਏ ਜ਼ਿੰਦਗੀ ਦੀਆਂ ਤੰਗੀਆਂ ਨੂੰ, ਫਿਕਰਾਂ ਨੂੰ ਖਾਰਾ ਮੰਨ ਕੇ ਸ਼ਾਮੀ ਪੀ ਲੈਨੇ ਆ, ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ, ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ। ਉਹ ਸਾਡਾ ਪਿੰਡ ਟਿਕਾਣਾ ਮੂਰੇ ਹੋ ਦੱਸਦੇ ਆ, ਰੱਬ ਥੱਲੇ ਆ ਜਾਂਦਾ ਨੀ ਸੋਹਾਂ ਜਦ ਚੱਕਦੇ ਆ, ਸਾਨੂੰ ਆ ਨਕਲੀ ਹਾਸੇ ਲੱਗਦੇ ਆ ਜ਼ਹਿਰ ਕੁੜੇ,
ਜੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ, ਜਦ ਮਰਜ਼ੀ ਦੇਖ ਲਿਆ ਕੇ ਹੱਸਦੇ ਹੀ ਰਹਿੰਦੇ ਆ। ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ, ਇਹੀ ਸਾਡੇ ਪਿਆਰ ਦਾ ਸੁਨੇਹਾ ਤੇਰੇ ਨਾਲ। ਸਾਨੂੰ ਤੇਰੀ ਯਾਦ ਆਉਂਦੀ ਰਹਿਣੀ ਸੁਬਾ ਸ਼ਾਮ, ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ। ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ, ਇਹੀ ਸਾਡੇ ਪਿਆਰ ਦਾ ਸੁਨੇਹਾ ਤੇਰੇ ਨਾਲ। ਸਾਨੂੰ ਤੇਰੀ ਯਾਦ ਆਉਂਦੀ ਰਹਿਣੀ ਸੁਬਾ ਸ਼ਾਮ, ਅੱਛਾ ਤੈਨੂੰ ਸਾਡਾ ਜਾਂਦੀ ਵਾਰ ਦਾ ਸਲਾਮ, ਇਹੀ ਸਾਡੇ ਪਿਆਰ ਦਾ ਸੁਨੇਹਾ ਤੇਰੇ ਨਾਲ।
ਕੇ ਮੁਖਿਆ ਅਤਿਥੀ ਹਰਦੀਪ ਜੀ, ਸ਼੍ਰੀ ਗੁਰਕਿਰਪਾਲ ਜੀ ਕੀ ਰਿਟਾਇਰਮੈਂਟ ਪੇ ਉਨਕੋ ਬਹੁਤ ਬਹੁਤ ਸ਼ੁਭਕਾਮਨਾਏ। ਔਰ ਇੱਕ ਹੋਰ ਉਨਸੇ ਰਿਕੁਐਸਟ ਹੈ ਕਿ ਆਪਣਾ ਫੋਨ ਕਭੀ ਬੰਦ ਨਾ ਰੱਖੇ, ਕਿਉਂਕਿ ਸਟੋਰ ਹਰ ਰੋਜ਼ ਉਨਕੋ ਦੁਖੀ ਕਰੇਗਾ ਫੋਨ ਕਰ ਕਰਕੇ। ਧੰਨਵਾਦ। ਮੇਰੇ ਭਾਈਓ ਬਹਿਨੋ, ਬਹੁਤ ਹੀ ਖੁਸ਼ੀ ਕਾ ਕਿ ਅੱਜ ਹਮਾਰੇ ਕੋਈ ਹੈ ਗੁਰਪਾਲ ਸਿੰਘ ਜੀ ਕੇ ਰਿਟਾਇਰਮੈਂਟ ਪੇ ਹਮ ਸਭੀ ਆਏ। ਪਰ ਵੀ ਸਟਾਫ ਕੇ ਬਾਰੇ ਮੈਂ ਸੁਣ ਵੀ ਰਹਾ ਥਾ ਕਿ ਇਹਨਾਂ ਬਹੁਤ ਇਮਾਨਦਾਰੀ ਸੇ ਜ਼ਿੰਮੇਵਾਰੀ ਸੇ ਆਪਣੀ ਡਿਊਟੀ ਕੋ ਨਿਭਾਇਆ ਹੈ। ਵਹੀਂ ਯਹਾਂ ਸੰਤ ਨਿਰੰਕਾਰੀ ਸਤਸੰਗ ਭਵਨ ਮੇਂ ਜਬ ਸੇ ਇਨਕੋ ਮਿਲਨੇ ਕਾ ਸ਼ੁਭ ਅਵਸਰ ਪ੍ਰਾਪਤ ਹੁਆ ਹੈ, ਪ੍ਰਕਾਸ਼ ਨੇ ਇਨਕੋ ਆਪਣੀ ਆਂਖੋਂ ਸੇ ਦੇਖਾ ਹੈ, ਨਿਸਵਾਰਥ ਸੇਵਾ ਕਰਤੇ ਹੋ। ਭਵਨ ਪਰ ਵੀ ਸੰਤ ਨਿਰੰਕਾਰੀ ਸਤਸੰਗ ਭਵਨ ਮੇਂ ਵੀ ਯੇ ਪਰਿਵਾਰ ਯੇ ਬੱਚੇ ਗੁਰੂ ਕੇ ਰੰਗ ਰੰਗੇ ਹੋਏ, ਗੁਰੂ ਕੀ ਆਗਿਆ ਕੇ ਅਨੁਸਾਰ ਆਪਣੇ ਜੀਵਨ ਤੋ ਮੈਂ ਪਰਮ ਪਿਤਾ ਪਰਮਾਤਮਾ ਸੇ ਯੇ ਪ੍ਰਾਰਥਨਾ ਕਰਤਾ ਹੂੰ ਕਿ ਆਗੇ ਵੀ ਭਵਿਸ਼ਯ ਮੇਂ ਵਹਾਂ ਜਾ ਕਰ ਵੀ ਆਪਣੇ ਮਾਤਾ ਪਿਤਾ ਕੀ ਸੇਵਾ ਜੈਸੇ ਪਹਿਲੇ ਕਰ ਰਹੇ ਵੈਸੇ ਕਰੇ, ਬੜੇ ਬਜ਼ੁਰਗੋ ਕਾ ਆਦਰ ਸਤਿਕਾਰ ਕਰਤੇ ਹੋਏ, ਬੱਚੋਂ ਕੇ ਸਾਥ ਪਿਆਰ ਕਰਤੇ ਹੋਏ ਆਪਣੇ ਜੀਵਨ ਕੋ ਬਤੀਤ ਕਰੇ। ਧੰਨਵਾਦ। ਬੜਾ ਮਾਨ ਸਨਮਾਨ ਦਿੱਤਾ ਹੈ, ਸਾਰਿਆਂ ਦਾ ਸਾਰੇ ਸਟਾਫ ਦਾ ਔਰ ਪਰਿਵਾਰਾਂ ਦਾ ਧੰਨਵਾਦੀ ਹਾਂ। ਧੰਨਵਾਦੀ ਹਾਂ ਮੇਰੇ ਆਂਟੀ ਜੀ ਜਿਨ੍ਹਾਂ ਦੇ ਕੋਲ ਮੈਂ 33 ਸਾਲ ਰਿਹਾ, ਉਹਨਾਂ ਦਾ ਵੀ ਬੜਾ ਯੋਗਦਾਨ ਰਿਹਾ ਇਸ ਗੱਲ ਦੇ ਅੰਦਰ, ਅਤੇ ਦਾਸ ਉਹਨਾਂ ਦਾ ਵੀ ਧੰਨਵਾਦ ਕਰੇਗਾ। ਸਾਡੇ ਨਿਰੰਕਾਰੀ ਮਿਸ਼ਨ ਦੇ ਮੁਖੀ ਮਹਾਤਮਾ ਰਜਿੰਦਰ ਨਿਵੇਜਾ ਜੀ, ਜਿਨ੍ਹਾਂ ਦੇ ਪਿਆਰ ਸਦਕਾ ਸਾਨੂੰ ਇਸ ਧਾਰਮਿਕ ਸਥਾਨ ਨਾਲ ਜੁੜਨ ਦਾ ਮੌਕਾ ਮਿਲਿਆ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਸਾਡੇ ਸ਼ੋਅ ਦੇ ਇੰਚਾਰਜ ਰਮੇਸ਼ ਜੀ, ਪ੍ਰਦੀਪ ਰੰਗਾ ਜੀ, ਹੋਰ ਜਿਹੜੇ ਸਾਥੀ ਸ਼ੁਕਰਗੜ੍ਹ ਤੋਂ ਆਏ ਆ, ਭੈਣਾਂ ਆਈਆਂ ਨੇ, ਬੱਚੇ ਆਏ ਨੇ, ਉਹਨਾਂ ਦਾ ਵੀ ਮੈਂ ਤਹਿ ਦਿਲ ਤੋਂ ਸ਼ੁਕਰ ਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਅੱਜ ਮੇਰੀ ਰਿਟਾਇਰਮੈਂਟ ਦੇ ਅੰਦਰ ਬਹੁਤ ਜ਼ਿਆਦਾ ਖੁਸ਼ੀ ਜਿਹੜੀ ਆ ਉਹ ਜ਼ਾਹਰ ਕੀਤੀ ਹੈ। ਤੋ ਸਾਰੇ ਹੀ ਸਟਾਫ ਦਾ, ਪਰਿਵਾਰਾਂ ਦਾ ਔਰ ਰਿਸ਼ਤੇਦਾਰਾਂ ਦਾ ਸਾਰੇ ਦਾ ਧੰਨਵਾਦੀ ਹਾਂ। ਮੈਂ ਧੰਨਵਾਦੀ ਹਾਂ ਜਲੰਧਰ ਤੋਂ ਪਹੁੰਚੇ ਰਿਸ਼ਤੇਦਾਰਾਂ ਦਾ ਵੀ ਕਿ ਉਹ ਵੀ ਬਹੁਤ ਮਿਹਨਤ ਦੇ ਨਾਲ ਇੱਥੇ ਪਹੁੰਚੇ ਆ, ਉਹਨਾਂ ਦਾ ਵੀ ਨਿੱਘਾ ਸਵਾਗਤ ਹੈ ਜੀ। ਜੈ ਹਿੰਦ।
ਵਖਾਈ ਹੋ ਨੰਗਪੁਣਾ ਸਾਰੇ ਮੇਰੇ ਜਾਂਦੇ ਨੇ ਵਖਾਈ ਹੋ ਕੱਲਾ ਕੱਲਾ ਬਿੱਲੂ ਤੇਰੇ ਬਾਪ ਦਾ ਜਲਵਾਈ ਨੰਗਪੁਣਾ ਸਾਰੇ ਮੇਰੇ ਜਾਂਦੇ ਨੇ ਵਖਾਈ
ਦੇਖਣਾ ਤੈਨੂੰ ਕਿਉਂ ਨਾ ਦਿਖਾ ਤੇਰਾ
ਕੜਾ ਵੀ ਕੁੜੀ ਕੱਟ ਨੂੰ ਪੱਟਣ ਦੀ।